ਕੁਝ ਨੀ ਮੇਰੇ ਪੱਲੇ, ਜੇ ਮੈਂ ਤੇਰੇ ਕਰਮ ਵੇਖਾਂ ਬੱਲੇ ਬੱਲੇ ਬੱਲੇ। ਇੱਕ ਦੌਰ ਥਾ ਜਬ ਮੈਂ ਵੀ ਨਿਆਇ ਨਿਆਇ ਰਾਈਟਰ ਬਣਾ ਤਾ, ਤੋ ਇੱਕ ਫਿਲਮ ਸ਼ੁਰੂ ਹੋਈ ਔਰ ਉਸਮੇ ਮੁਗਲ ਕੇ ਜਵਾਲ ਕੇ ਹਿਸਾਬ ਸੇ ਇੱਕ ਸੀਨ ਥਾ ਕਿ ਬਹਾਦਰ ਜ਼ਫਰ ਕੋ ਨਿਕਾਲ ਦਿਆ ਗਿਆ ਔਰ ਉਸਕੇ ਬਾਅਦ ਇੱਕ ਤਸਵਰ ਮੇਂ ਬਹਾਦਰ ਸ਼ਾਹ ਜ਼ਫਰ ਆਪਣੇ ਦਰਬਾਰ ਮੇਂ ਆਤਾ ਹੈ ਔਰ ਦੇਖਤਾ ਹੈ ਕਿ ਵਹਾਂ ਨਾ ਵੋ ਗੁਲਾਮ ਹੈ, ਨਾ ਖਾਦਮਾਏ ਹੈ, ਨਾ ਵੋ ਜ਼ਰਾ ਹੈ, ਨਾ ਉਮਰਾ ਹੈ, ਨਾ ਵੋ ਕੁਛ ਵੀ ਨਹੀਂ, ਨਾ ਵੋ ਫੌਜੀ ਹੈ। ਅਕੇਲਾ ਹੋਤਾ ਹੈ ਤੋ ਉਸਕੀ ਆਖੋਂ ਸੇ ਆਸੂ ਆਤੇ ਔਰ ਉਸਕੀ ਰੂਹ ਕੁਛ ਬੋਲਣਾ ਸ਼ੁਰੂ ਕਰਤੀ ਹੈ। ਤੋ ਯਹਾਂ ਇੱਕ ਵਾਇਸ ਓਵਰ ਥਾ ਗਾਣੇ ਕੀ ਸੂਰਤ ਮੇਂ, ਤੋ ਬੜੇ ਸ਼ਾਇਰ ਬੁਲਾਏ ਉਸ ਦੌਰ ਕੇ ਜਿਤਨੇ ਵੀ ਬੜੇ ਸ਼ਾਇਰ ਥੇ ਉਸਸੇ ਕੰਟੈਕਟ ਕੀਆ, ਜਿਹਨੇ ਮੇਰੇ ਨਿਆਜ਼ੀ ਵੀ ਥੇ, ਤਮੀਲ ਅਕੀ ਸਾਹਿਬ ਵੀ ਥੇ, ਸਾਬਾਸ ਲੁਹਾਨੀ ਸਾਹਿਬ ਵੀ ਥੇ, ਖਾਜਾ ਪਰਵੇਜ਼ ਸਾਹਿਬ ਵੀ ਥੇ ਔਰ ਇੱਕ ਹੋਰ ਵੀ ਸ਼ਾਇਰ ਥੇ, ਮੇਰੇ ਅੰਕ ਨਾਮ ਨਹੀਂ ਆ ਰਿਹਾ, ਉਹ ਵੀ ਥੇ। ਲੇਕਿਨ ਜਿਤਨੇ ਵੀ ਸ਼ਾਇਰ ਉਹਨੇ ਵੋ ਅਸਥਾਈ ਲਿਖੀ ਤੋ ਅਸਥਾਈ ਸੇ ਮੈਂ ਰਿਜੈਕਟ ਕਰ ਦਿੱਤਾ ਥਾ। ਤੋ ਰੂਹਾਨੀ ਉਸਤਾਦ ਮੈਂ ਮੰਨਤਾ ਥਾ ਜੀ ਸਾਹਿਬ ਕੋਲ ਕਿ ਮੈਨੇ ਕਦੇ ਜ਼ਿੰਦਗੀ ਮੇਂ ਕੋਈ ਫਿਲਮ ਮਿਸ ਨਹੀਂ ਕੀਤੀ, ਤੋ ਉਨਸੇ ਮਿਲਨੇ ਕਾ ਬੜਾ ਸ਼ੌਕ ਥਾ। ਤੋ ਇੱਕ ਦਿਨ ਵੋ ਮੈਂ ਆਪਣੇ ਦਫ਼ਤਰ ਮੇਂ ਬੈਠਾ ਹੋ ਤਾਂ ਮੈਨੂੰ ਪਤਾ ਲੱਗਾ ਕਿ ਅਜੀਤ ਸਾਹਿਬ ਆਏ ਹੋਏ ਔਰ ਅਕੇਲੇ ਬੈਠੇ ਹੋਏ, ਪਤਾ ਨਹੀਂ ਕਿਸ ਕਾ ਕੰਮ ਕਰਨੇ ਆਏ ਥੇ। ਮੈਂ ਜਨਾਬ ਉਨਕੇ ਪਾਸ ਗਿਆ ਔਰ ਜਾ ਕਰ ਉਨਕੇ ਘੁਟਨੋਂ ਕੋ ਹਾਥ ਲਗਾਇਆ। ਉਨਕੋ ਪਤਾ ਥਾ ਮੈਂ ਬੜਾ ਅਦਬ ਕਰਤਾ ਹੂੰ। ਜਬ ਵੀ ਵੋ ਆਤੇ ਥੇ ਮੇਰੇ ਪਾਸ ਗਾੜੀ ਥੀ ਔਰ ਵੋ ਸਟੂਡੀਓ ਸੇ ਪੈਦਲ ਆ ਰਹੇ ਹੋਤੇ ਥੇ, ਤੋ ਮੈਂ ਅਗਰ ਗਾੜੀ ਸੇ ਆ ਰਹਾ ਹੋਤਾ ਤੋ ਮੈਂ ਗਾੜੀ ਰੋਕ ਲੇਤਾ ਥਾ। ਗਾੜੀ ਸੇ ਉਤਰ ਕਰ ਫਿਰ ਮੈਂ ਉਨਕੋ ਸਲਾਮ ਕਰਤਾ ਥਾ, ਉਨਕੇ ਘੁਟਨੋਂ ਕੋ ਹਾਥ ਲਗਾਤਾ ਥਾ ਔਰ ਫਿਰ ਜਬ ਵੋ ਗੁਜ਼ਰ ਜਾਤੇ ਥੇ ਤੋ ਫਿਰ ਮੈਂ ਗਾੜੀ ਮੇਂ ਬੈਠਤਾ ਥਾ। ਤੋ ਵੋ ਮੇਰੀ ਬੜੀ ਇੱਜ਼ਤ ਕਰਤੇ ਥੇ, ਤੋ ਆ ਗਏ ਤੋ ਕਹਿਣ ਲੱਗੇ ਹਾਂ ਹੁਕਮ। ਮੈਨੇ ਕਿਹਾ ਜੀ ਇਹ ਸਿਚੁਏਸ਼ਨ ਹੈ, ਮੈਨੂੰ ਪੂਰੀ ਸਿਚੁਏਸ਼ਨ ਸੁਣਾਈ। ਮੈਨੇ ਕਿਹਾ ਜੀ ਬਹਾਦਰ ਸ਼ਾਹ ਜ਼ਫਰ ਆਇਆ ਹੈ ਔਰ ਉਸਕੇ ਨਾ ਬੇਟੇ ਹੈ, ਨਾ ਫੌਜੀ ਹੈ, ਨਾ ਮਰਾ ਹੈ, ਨਾ ਉਜਰਾ ਹੈ, ਖਾਲੀ ਕੁਰਸੀ ਹੈ ਔਰ ਦਫ਼ਤਰ ਹੈ, ਆਫਿਸ ਹੈ। ਤੋ ਵਹਾਂ ਉਸਕੀ ਰੂਹ ਸੇ ਇੱਕ ਆਵਾਜ਼ ਨਿਕਲਤੀ ਹੈ ਜੋ ਉਸਕੀ ਉਸ ਹਾਲਤ ਕੋ ਬਤਾਤੀ ਹੈ। ਤੋ ਯਹਾਂ ਅਸਥਾਈ ਮੈਨੇ ਬਤਾਇਆ, ਮੈਨੇ ਬੜੇ ਬੜੇ ਸ਼ਾਇਰ ਸੇ ਲਿਖਵਾਈ ਹੈ, ਤੋ ਯਹਾਂ ਅਸਥਾਈ ਚਾਹੀਏ, ਮੁਝੇ ਅਸਥਾਈ ਅਗਰ ਪਸੰਦ ਆ ਗਈ ਤਾਂ ਮੈਂ ਗੀਤ ਲਿਖਵਾ ਲੂੰਗਾ। ਕਹਿਣ ਲੱਗੇ ਅੱਛਾ। ਤੋ ਸਿਰ ਲਗਾਇਆ ਔਰ ਜੂਨ ਦਬਾ ਕੇ ਉਹਨੇ ਯਰ ਕੱਸਿਆ ਅਤੇ ਕੱਛ ਲਿਆ। ਤੋ ਫੌਰਨ ਹੀ ਕੱਛ ਲੈਣੇ ਕੇ ਬਾਅਦ ਕਹਿੰਦੇ ਹੈ ਵੋ ਜੋ ਥੇ ਕਭੀ ਵੋ ਜੋ ਅਬ ਨਹੀਂ, ਸਾਥ ਹੀ ਮੈਂ ਚੌਕਾ ਹੋਇਆ ਜੈਸੇ ਮੇਰੇ ਦਿਲ ਕੀ ਆਵਾਜ਼ ਸੀ, ਕਹਿੰਦਾ ਵੋ ਜੋ ਥੇ ਕਭੀ ਵੋ ਜੋ ਅਬ ਨਹੀਂ, ਜੇ ਨਿਸ਼ਾਨ ਹੈ ਉਨਕੇ ਧੂੰਆਂ ਧੂੰਆਂ। ਮੈਂ ਉੱਠਾ ਔਰ ਮੈਨੇ ਕੁਛ ਨਾ ਪਕੜੀ, ਮੈਨੇ ਕਿਹਾ ਜੀ ਡਰ ਕਮਾਲ ਹੈ। ਤੋ ਮੈਨੇ ਕਿਹਾ ਸਰ ਆਗੇ ਅਤੇ ਸਿਰ ਦਾ ਕੱਛ ਲੈ ਕੇ ਪੁੱਤਰ ਅੱਗੋਂ ਪੈਸੇ ਦੇਗਾ ਤਾਂ ਮੈਂ ਦੱਸਾਂਗਾ। ਮੇਰੀ ਹੱਸੇ ਨਿਕਲ ਗਈ, ਵੋ ਖੈਰ ਮੇਰੀ ਹਸਰਤ ਹੀ ਦਿਲ ਮੇ ਰਹਿ ਗਈ ਕਿ ਮੇਰੀ ਫਿਲਮ ਕੇ ਗੀਤ ਉਹਨਾਂ ਨੇ ਨਹੀਂ ਲਿਖੇ, ਕਿਉਂਕਿ ਵੋ ਫਿਲਮ ਹੀ ਬੰਦ ਹੋ ਗਈ। ਲੇਕਿਨ ਫਿਰ ਉਹ ਅੱਲਾਹ ਤਾਲਾ ਨੇ ਮੇਰੀ ਹਸਰਤ ਖੇਤੀ ਬਣ ਮੈਂ ਪੂਰੀ ਕੀ, ਜਬ ਚੰਨ ਵਰੀਆਂ ਫਿਲਮ ਬਣੀ। ਉਸਮੇਂ ਵੀ ਇੱਕ ਸਿਚੁਏਸ਼ਨ ਥੀ ਕਿ ਇੱਕ ਲੜਕੀ ਕਾ ਗੀਤ ਹੈ, ਵੋ ਪਿਆਰ ਨਹੀਂ ਕਰਦਾ ਉਸਸੇ ਔਰ ਉਹ ਲੜਕੀ ਉਸਸੇ ਪਿਆਰ ਕਰਤੀ ਹੈ ਔਰ ਉਹ ਉਸਕੋ ਲਿਖ ਨਹੀਂ ਦੇਤਾ। ਤੋ ਯਹਾਂ ਵੀ ਬੜੇ ਸ਼ਾਇਰੋਂ ਨੇ, ਵਾਰਿਸ ਸਾਹਿਬ ਨੇ, ਆਪਣਾ ਖਾਜਾ ਸਾਹਿਬ ਨੇ ਔਰ ਵੀ ਇੱਕ ਨਵੇਂ ਸ਼ਾਇਰ ਤੋਂ ਨੇ ਬੜੀ ਸਤਾਈਆਂ ਲਿਖੀ, ਲੇਕਿਨ ਮੈਂ ਮੁੰਝੇ ਪਸੰਦ ਨਹੀਂ ਆਤੀ ਅਤੇ ਮਾਸਟਰ ਮਹਿਤ ਸਾਹਿਬ ਨੂੰ ਲਿਖ ਸਕਦੇ। ਤੋ ਅਜੀਤ ਸਾਹਿਬ ਕੋ ਬੁਲਾਇਆ, ਅੱਲਾਹ ਉਨਕੋ ਬੜੀ ਕਰਿਆ, ਮੈਂ ਖੈਰ ਉਸ ਵਕਤ ਉਨਕੋ ਹਾਲਜ ਹੋ ਚੁੱਕਾ ਥਾ ਔਰ ਸਾਥ ਇੱਕ ਉੱਤਰ ਤੱਕ ਪਕੜ ਕੇ ਅਸਿਸਟੈਂਟ ਤੈਅ ਕਰਾ ਥਾ, ਤਾਂ ਉਹ ਸੀਨੀਅਰ ਚਲੇ। ਤੋ ਮੈਨੇ ਦੇਖਿਆ ਸਾਲ ਮੇਂ ਵੀ ਉਨਕੋ ਕਾਮ ਕਰਨੇ ਕਾ ਸ਼ੌਕ ਥਾ, ਕਿ ਇਸ ਮੈਂ ਸਮਝ ਇਹ ਪੈਸ਼ਨ ਮੈਂ ਉਸੇ ਸਿੱਖਾ ਕਿ ਕੋਈ ਬਿਮਾਰੀ, ਕੋਈ ਮਾਧੂਰੀ, ਕੋਈ ਚੀਜ਼ ਉਨਕੇ ਸ਼ੌਕ ਪਰ ਗਲਤ ਨਹੀਂ ਹੈ, ਵੋ ਫਿਰ ਵੀ ਲਿਖਣਾ ਚਾਹ ਰਹੇ ਥੇ ਔਰ ਆਖਰ ਦਮ ਤੱਕ ਲਿਖਤੇ ਰਹੇ। ਤੋ ਵਹਾਂ ਜਬ ਉਨਕੋ ਮੈਨੇ ਸਿਚੁਏਸ਼ਨ ਸੁਣਾਈ ਤੋ ਵਹਾਂ ਵੀ ਇਹੀ ਹੋਇਆ, ਉਹਨੇ ਜੋ ਸਿਰ ਦਾ ਕੱਛ ਲਗਾਇਆ ਅਤੇ ਮੈਂ ਇੱਕ ਧਰਤੀ ਸਰਦੀ ਬਲਦੀ ਤੂੰ ਇੱਕ ਬੰਦਰ ਦੇ ਪਰ ਪਹਿਲੇ ਬੋਲ ਗਿਆ, ਅੱਗੇ ਬੋਲ ਗਿਆ, ਮੇਰੇ ਦੇਸ਼ ਵੀ ਪਛਤਾ ਗਿਆ, ਬਿਲਕੁਲ ਅਸੀਂ ਗੀਤ ਡਨ ਹੋ ਗਿਆ। ਤੋ ਉਸ ਦਾ ਉਸ ਦਿਨ ਮੈਨੇ ਆਪਣੇ ਦਿਲ ਮੈਂ ਸੋਚਿਆ ਥਾ ਕਿ ਇਹ ਸ਼ਖਸ ਇਹ ਪੰਜਾਬੀ ਫਿਲਮ ਇੰਡਸਟਰੀ ਦਾ ਸ਼ੇਕਸਪੀਅਰ ਹੈ। ਅੱਜ ਤੱਕ ਮੈਂ ਉਨਕੋ ਸ਼ੇਕਸਪੀਅਰ ਬਣਤਾ ਹੂੰ, ਆਪਣੇ ਸੇ ਬੜਾ ਡਾਇਲਾਗ ਡਾਇਲਾਗ ਮਟਾਚਰ ਵੀ ਬਣਤਾ ਹੂੰ ਔਰ ਮੈਂ ਅਕਸਰ ਤਾਰ ਕਰਤਾ ਹੂੰ ਕਿ ਲੋਕ ਮੁਝੇ ਕਹਤੇ ਹੈ ਮੈਂ ਮਕਾਲਮੋ ਕਾ ਇਮਾਮ। ਮੈਂ ਸਮਝਤਾ ਹੂੰ ਕਿ ਅਗਰ ਮੈਂ ਆਪਣੀ ਫਿਲਮ ਕੇ ਸਾਰੀ ਫਿਲਮੋ ਕੇ ਮੁਕਾਬਲੇ ਪਲੜੇ ਮੇ ਰੱਖ ਲੂੰ ਔਰ ਹਜ਼ੀ ਕਾਦਰੀ ਸਾਹਿਬ ਕਾ ਸਿਰਫ ਇੱਕ ਮਕਾਲਮਾ, ਫਿਲਮ ਕਾ ਨਾਮ ਮੈਂ ਭੁੱਲ ਗਿਆ ਹੂੰ, ਮਦਰ ਸ਼ਾਹ ਕੋ ਸਜ਼ਾ ਹੋਤੀ ਹੈ, ਉਮਰ ਕੈਦ ਕੀ ਹੈ, ਬੱਚਾ ਛੋਟਾ ਤੋਤਾ ਹੈ, ਵੋ ਪੂਛ ਹੈ, ਅੱਬਾ ਤਾਂ ਇਤਨੀ ਕੈਦ ਬੋਲੀ।
ਕਹਿੰਦਾ ਪੁੱਤਰ ਅੱਜ ਤੈਨੂੰ ਇੱਥੇ ਵੇਖ ਰਿਹਾ, ਬਾਹਰ ਆਵਾਂਗਾ ਅਤੇ ਇੱਥੇ ਵੇਖਾਂਗਾ, ਸਮੇਂ ਸਿਰ ਦੋ ਹੱਥ ਕਹਿ ਦੂ ਵੀਰ ਮਕਾਨਾਂ ਦੇ ਤਮਾਮ ਮਕਾਨ ਸਿਰ ਮਾਰੇ ਅੱਲਾਹ ਚੀਜ਼ੋ ਕੋ ਜੰਨਤ ਮੇ ਕਰਵਟ ਕਰਵਟ ਸਕੂਨ ਦੇ ਸੁੱਖ ਦੇ ਅੱਲਾਹ ਕੀ ਪਤਾ ਹੈ ਮਾਫ਼ ਕਰੇ ਮੇਰੀ ਦੁਆ ਹੈ ਔਰ ਅੱਲਾਹ ਉਨਕੇ ਤੁਫੈਲ ਮੈਂ ਉਨਕਾ ਜਾਨਸ਼ੀਨ ਤੋਂ ਨਹੀਂ ਹੋ ਸਕਦਾ, ਮੈਂ ਉਨਕਾ ਮੁਤਬਾਦਲ ਵੀ ਨਹੀਂ ਹੋ ਸਕਦਾ, ਲੇਕਿਨ ਮੈਂ ਉਨਕੇ ਪੈਰੋਕਾਰ ਮਾਮੂਲੀ ਸਰ ਔਰ ਇਸ ਇੱਜ਼ਤ ਦੀ ਵਜ੍ਹਾ ਸੇ ਅੱਲਾਹ ਤਾਲਾ ਨੇ ਸ਼ਾਇਦ ਮੁਝੇ ਇੱਜ਼ਤ ਦੇ ਰੱਖੀ ਹੈ। ਅੱਲਾਹ ਤਾਲਾ ਉਨਕੋ ਵਹਾਂ ਵੀ ਇਸੀ ਤਰ੍ਹਾਂ ਸੁਰਖਰੂ ਕਰੇ ਜੈਸੇ ਜਹਾਂ ਸੁਰਖਰੂ ਥੇ, ਯਹਾਂ ਵੀ ਵੋ ਅਨਮੀਟੇਬਲ ਥੇ, ਅਨਮੈਚੇਬਲ ਥੇ, ਔਰ ਮੈਂ ਚਾਹਤਾ ਹੂੰ ਤੁਮਾਰੇ ਜੰਨਤ ਵੀ ਜੋ ਮਿਲੇ ਵੋ ਅਨਮੈਚੇਬਲ। ਥੈਂਕ ਯੂ ਵੈਰੀ ਮਚ। ਜਮਾਦਾਰ ਜੁਮਾ ਆ ਰਿਹਾ ਜੇ, ਜੁਮਨੀਆਂ ਤੈਨੂੰ ਦੇਖਦੇ ਪਿਛਾ ਮੁੜ ਗਈ, ਮੈਂ ਆਉਂਦਾ ਆਉਂਦਾ ਪਿਛਾ ਕਿਉਂ ਮੁੜ ਗਿਆ ਜੁਮਿਆਂ? ਅੱਗੋਂ ਤੇ ਜੁਮੇ ਰਾਤ ਆ ਰਹੀ ਹੈ ਹੈਮ ਕੋ, ਮੈਨੂੰ ਮਿੰਜ ਹੋਤਾ ਹੈ ਕਿ ਜੁਮਾ ਇੱਕ ਦਿਨ ਪਹਿਲਾਂ ਆ ਗਿਆ ਹੈ ਤੁਮ ਕੋ, ਬਟਨ ਬੰਦ ਕਰ ਲਈ। ਸੁਣਿਆ ਨੀ ਜਿਉਂ ਨੇ ਜੁਮੇ ਦੇ ਜੁਮੇ ਰਾਤ ਜੇ ਦਫਾ, ਮੈਂ ਜੁਮੇ ਰਾਤ ਕਿਉਂ ਆਖੇ ਜੁਮਿਆ? ਪੁੱਛੇ ਪੁੱਛਾ ਹੈ ਹੈਮ ਕੋ ਕਿ ਜੁਮਾ ਕਿਉਂ ਆਖਾ ਤੁਮ ਕੋ? ਹਾਂ ਹਾਂ, ਤੇ ਜਿਹਨੇ ਮੈਨੂੰ ਜੁਮੇ ਰਾਤ ਆਖਿਆ। ਪਿਆਰ ਸੀ ਕਹਿਣਾ ਚਾਹਤੀ ਹੋ ਤੇ ਜੁਮਾ ਕਿਆ ਸ਼ੈ ਹੈ, ਹਫਤਾ ਐਤਵਾਰ ਵੀ ਕਹਿ ਸਕਦੀ ਹੋ ਤੁਮ ਕੋ, ਹਾਥੀਆਂ ਵੀ ਜਾਓ ਤੇ ਰਸਤਾ ਵੀ ਛੱਡਦੀਆਂ ਜਾਓ, ਬਸ ਬਸ ਵੀ ਹਾਮ ਕੋ ਕਿ ਤੁਮ ਕੋ, ਬਟਨ ਬੰਦ ਕਰ। ਮੈਂ ਕਿਹਾ ਚੋਰੀ ਮਾਮ ਦੇ ਤੇ ਇੱਥੇ ਵੀ ਨਾ ਲੱਭਾ ਕਹਿਣ ਦੀ ਨਾ, ਉਹ ਚੋਰੀ ਮਾਮ ਦੀ ਕੋਈ ਜਵਾਨੀ ਤਾਂ ਨਹੀਂ ਜਿਹੜੀ ਨਹੀਂ ਲੱਭਣੀ ਆ, ਹੁਣ ਲੱਭ ਲੈਣੇ, ਲੱਭਣ ਲੱਗਾ ਤੇ ਬੰਦਾ ਖੁਦਾ ਨੂੰ ਲੱਭ ਲੈਂਦਾ। ਮੈਂ ਕਿਹਾ ਮਾਮ ਦੀ ਅੱਜ ਕਿਧਰੇ ਆਇਆ ਵਾ, ਅਸੀਂ ਉਹਨੂੰ ਵੇ ਮਲੂਮ ਹੁੰਦਾ ਕਿ ਉਹਦੇ ਬਿਨਾਂ ਤੁਹਾਡਾ ਕੋਈ ਕੰਮ ਘੱਟ ਹੋ ਗਿਆ। ਓਏ ਘੱਟ ਗਿਆ ਘੱਟ, ਸਾਡਾ ਤਾਂ ਬੇੜਾ ਗਰਕ ਹੋ ਗਿਆ, ਸਾਡੀ ਰੋਜ਼ ਨੂੰ ਡੱਕਾ ਲੱਗ ਗਿਆ। ਮੈਂ ਨਾ ਡੱਕੇ ਜਿਹਾ ਡੱਕਾ, ਉਹ ਡਾਕਟਰ ਇਹੋ ਜਿਹੀਆਂ ਦਵਾਈਆਂ ਬਣਾ ਦਿੱਤੀਆਂ ਨੇ ਵੀ ਵੇਖਣਾ ਮਰਨੇ ਨਹੀਂ ਦਿੰਦੇ ਕਿਸੇ ਨੂੰ। ਉਹ ਪੱਕੀ ਗੱਲ ਆ, ਉਹ ਮੈਂ ਕਿਹਾ ਸੱਚੀ ਗੱਲ ਆ, ਮਾਮ ਦੀਨ ਤੁਹਾਨੂੰ ਪੀਰਾਂ ਵਾਲੇ ਖੂਹ ਤੇ ਮਿਲੇਗਾ। ਪੀਰਾਂ ਵਾਲਾ ਖੂਹ ਕਬੂਲ ਕਰਨਾ ਮੈਂ ਹਮ ਕੋ ਕਬੂਲ ਕਰਨੀ ਹੈ, ਤੂੰ ਤੁਮ ਕੋ ਲੜਾਈ ਨਹੀਂ ਹੈ, ਝਗੜਾ ਨਹੀਂ ਹੈ, ਸ਼ਰਤਾਂ ਲਿਖ ਕੇ ਨਾਂ ਲਿਆਇਆ ਹੂੰ। ਵੇ ਮੈਂ ਸ਼ਰਤਾਂ ਨੂੰ ਚੱਟਣਾ ਪੁੱਛੀ? ਸ਼ਰਤਾਂ ਨੇ ਕੋਈ ਸ਼ੀਰਾ ਨਹੀਂ ਹੈ, ਕੈਸੇ ਚਾਟੋਗੀ? ਬਟਨ ਬੰਦ ਕਰ ਲੈ। ਵੇ ਸੁਣਾ ਮਾਰ, ਨਹੀਂ ਤਾਂ ਸੁਣਾ ਮਾਰ। ਚੱਲਣੀ ਚਾਹੀਏ ਸੁਣਾਣੀ ਚਾਹੀਏ, ਪੜ੍ਹਣੀ ਚਾਹੀਏ ਪੀੜਾਣੀ ਚਾਹੀਏ, ਮੰਜਣੀ ਚਾਹੀਏ ਦੁਖਣੀ ਚਾਹੀਏ, ਡੋਲਣੀ ਚਾਹੀਏ ਡੋਲਣੀ ਚਾਹੀਏ। ਵੇ ਤਾਂ ਚਾਹੀਏ ਕੀ ਫਕਰ, ਤੂੰ ਤੂੰ ਕੋ ਤੇ ਮੈਂ ਹਾਂ ਕੋ, ਤੇ ਫੜ ਮੇਰੀ ਉਂਗਲੀ ਤੇ ਕਾਟ ਲੰਮਾ ਘੂੜ ਤੇ ਗੋਤੀ ਚੱਲ ਰਾਜ ਰੱਖ ਲੈ ਮੇਰੀ ਅਖ ਡੋਲੀ ਨੀ ਮੈਂ, ਮੈਂ ਪੈਦਲ ਚੱਲ ਕੇ ਸਾਰੇ ਜਾਂ। ਤੈਨੂੰ ਕੁੱਤੇ ਅੱਗੇ ਪਾ ਐਡਾ ਭੁੱਖਾ ਲੜਾ, ਪੱਲੇ ਨੀ ਸੇਰ ਆਟਾ ਤੇ ਹੁਣ ਕੇ ਕਾ ਸੰਗ ਪਾਟਾ, ਸਾੜ ਦੇ ਕੇ ਸ਼ਰਤਾਂ ਆ, ਮੈਂ ਕਿਆ ਸ਼ਰਤਾਂ ਤੇ ਸਾੜ ਦਿੱਤਾ ਹੂੰ। ਚੌਧਰੀ ਸਾਹਿਬ ਅੱਗੇ ਝੋਲੀ ਹੱਡ ਕੇ ਰਿਸ਼ਤੇ ਦੀ ਖਰਾਇਤ ਮੰਗ ਲਾ ਗਈ। ਓ ਭਾਈ ਮੈਂ ਮੰਨੋ ਗੱਲ ਇਹ ਵੇ ਵੀ ਸਾਡੀ ਕੁੜੀ ਇਸ ਕਾਬਲ ਹੀ ਨਹੀਂ ਜੋਦਾ ਰਿਸ਼ਤਾ ਕਿਧਰੇ ਵੀ ਕੀਤਾ ਜਾਏ। ਪੱਕੀ ਗੱਲ ਹੈ, ਮੈਂ ਕਿਆ ਸਾਡਾ ਮੁੰਡਾ ਵੀ ਇਹ ਸਹੀ ਕਾਬਲ ਜੇ, ਪਰ ਕੀ ਕਰੀਏ ਉਹ ਵਿਆਹ ਨਾ ਨਾ ਕਰੇ ਤੇ ਤਵਾ ਭਰਾ ਸਾਡੇ ਘਰ ਵੀ ਨਹੀਂ ਖੜਕਦਾ। ਕੀ ਗੱਲ ਆ? ਓ ਭਾਈ ਮੀਆਂ ਇਹ ਸਭ ਕੁਝ ਠੀਕ ਹੈ, ਪਰ ਅਸੀਂ ਤੁਹਾਨੂੰ ਧੋਖੇ 'ਚ ਨਹੀਂ ਰੱਖਣਾ ਚਾਹੁੰਦੇ। ਧੋਖਾ ਕਾਹਦਾ ਮਿਹਰਬਾਨ, ਉਹ ਦੋਵੇਂ ਆਪਸ 'ਚ ਮੁਹੱਬਤ ਕਰਦੇ ਨੇ, ਮੁਹੱਬਤ ਤੇ ਉਹਨੂੰ ਤੁਹਾਡੇ ਤੇ। ਅਸਾਂ ਇਹ ਸੋਚਿਆ ਸੀ ਜੇ ਮੁੰਡਾ ਆਪਣੇ ਆਪ ਕੁੜੀ ਦੀਆਂ ਕਰਤੂਤਾਂ ਸੁਣ ਕੇ ਨਾ ਤੇ ਪਿਛਾ ਹਟ ਜਾਏਗਾ ਬਲਕਿ ਨੱਠ ਜਾਏਗਾ। ਕਰਤੂਤਾਂ ਦੀ ਗੱਲ ਛੱਡੋ, ਕਰਤੂਤਾਂ ਕੀ ਹੁੰਦੀ ਆ? ਮੈਂ ਕਹਿੰਦਾ ਜੇ ਕੁੜੀ ਮੁੰਡੇ ਦੀਆਂ ਕਰਤੂਤਾਂ ਸੁਣ ਲਵੇ ਤਾਂ ਰਾਕਾ ਛੱਡ ਕੇ ਦੌੜ ਜਾਵੇ। ਕਰਤੂਤਾਂ? ਉਹ ਭਾਈ ਕਰਤੂਤਾਂ ਮੇਰੀ ਗੱਲ ਸੁਣੋ, ਇਸ ਕੁੜੀ ਦੀ ਤਕਦੀਰ ਨਾਲ ਖਹਿ ਕੇ 26 ਜਵਾਨ ਸਹਿਰਿਆਂ ਵਾਲੇ ਅੱਗੇ ਮਰ ਬੈਠੇ। ਇਹਦਾ ਨਾਂ ਜੀਰਾ ਤੇ ਨਹੀਂ? ਆਹੋ, ਹੁਣ ਗੱਲ ਕਰੋ ਤੇ ਹੁਣ ਗੱਲ ਸੁਣੋ। ਸਾਡਾ ਮੁੰਡਾ ਜਿਹੜਾ ਜਨੋ ਮਾਮ ਦੀਨ ਜੇ ਮਾਮ ਦੀਨ ਅਲਾ ਬਖਸ਼ ਵਾਲੇ ਦਾ 26 ਵੋਟੀਆਂ ਇਹਦੀ ਮਾਰ ਬੈਠਾ ਹੋਇਆ ਜੀ।